ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਪਾਲਾ ਜਲਾਲਪੁਰ। ਬੇਨਤੀ ਕਰਨੀ ਸੀ ਸਾਰਿਆਂ ਨੂੰ, 24 ਫਰਵਰੀ 2022 ਪਿੰਡ ਢੰਡਾ ਜ਼ਿਲ੍ਹਾ ਜਲੰਧਰ ਕੌਡੀ ਕੱਪ ਹੋਣ ਜਾ ਰਿਹਾ। ਨੌਰਥ ਇੰਡੀਆ ਫੈਡਰੇਸ਼ਨ ਦੀਆਂ 8 ਟੀਮਾਂ ਖੇਡਣਗੀਆਂ। ਸਾਰੇ ਚੋਟੀ ਦੇ ਪਲੇਅਰ ਪਹੁੰਚ ਰਹੇ ਆ। ਆਪਣੀ ਟੀਮ ਸ਼ਹੀਦ ਭਗਤ ਸਿੰਘ ਸਰਾਲਾ ਰਣੂਆ ਵੀ ਪਹੁੰਚ ਰਹੀ ਆ। ਅਤੇ ਮੈਂ ਸਾਰੇ ਦਰਸ਼ਕ ਅਤੇ ਪਲੇਅਰਾਂ ਨੂੰ ਬੇਨਤੀ ਕਰਦਾ, ਸਾਰੇ ਜਾਣੇ ਹੁੰਮ ਹੁੰਮਾ ਕੇ ਪਹੁੰਚੋ। ਮੇਰੇ ਵੱਲੋਂ ਰਣਜੀਤ ਭਾਅ ਜੀ ਢੰਡਾ ਅਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਸਾਰਿਆਂ ਨੂੰ ਖੁੱਲ੍ਹੇ ਸੱਦਿਆ। ਥੈਂਕ ਯੂ ਭਾਅ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਤੁਹਾਡਾ ਆਪਦਾ ਗੁਰਲਾਲ ਸੋਲ। 24 ਫਰਵਰੀ ਆਪਣੇ ਭਾਅ ਜੀ ਰਣਜੀਤ ਸਿੰਘ ਢੰਡੇ ਵਿਖੇ ਬਹੁਤ ਵੱਡਾ ਕਬੱਡੀ ਕੱਪ ਹੋਣ ਲੱਗਾ ਏ। ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਮੇਲੇ ਦੀ ਅੱਗੇ ਰੌਣਕ ਵਧਾਓ ਅਤੇ ਆਪਾਂ ਹੀ ਭਾਅ ਜੀ ਪਹੁੰਚਾਂਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਦੁੱਲਾ ਬੱਗਾ ਪਿੰਡ। 24 ਫਰਵਰੀ ਨੂੰ ਪਿੰਡ ਢੰਡਾ ਵਿਖੇ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਵਾ। ਪ੍ਰਧਾਨ ਕਬੱਡੀ ਫੈਡਰੇਸ਼ਨ ਇੰਗਲੈਂਡ ਰਣਜੀਤ ਢੰਡੇ ਭਾਜੀ ਉਹਨਾਂ ਨੂੰ ਖੁੱਲ੍ਹੇ ਸੱਦੇ ਆ। 24 ਫਰਵਰੀ ਨੂੰ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ 8 ਟੀਮਾਂ ਦੇ ਮੁਕਾਬਲੇ ਹੋਣਗੇ। ਸਾਡੀ ਟੀਮ ਵੀ ਸਰਹਾਰਾ ਨੂੰ ਪਹੁੰਚ ਰਹੀ ਆ, ਮੈਂ ਵੀ ਪਹੁੰਚ ਰਿਹਾ ਵਾਂ। ਜਿੰਨੇ ਵੀ ਕਬੱਡੀ ਨੂੰ ਪਿਆਰ ਕਰਨ ਵਾਲੇ ਆ, ਇਸ ਟੂਰਨਾਮੈਂਟ ਦੇ ਪਹੁੰਚੋ ਤੇ ਰੌਣਕਾਂ ਨੂੰ ਵਧਾਓ। ਅਸੀਂ ਵੀ ਸਾਰੇ ਆ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹਰਫ ਚੀਮਾ, ਨਾਲ ਵੱਡਾ ਬਾਈ ਯਾਦਾਸ ਉਰਫ ਕੌਰ। ਸੋ ਇੱਕ ਬੇਨਤੀ ਕਰਨੀ ਆ ਤੁਹਾਨੂੰ ਸਾਰਿਆਂ ਨੂੰ, ਢੰਡੇ ਪਿੰਡ ਜ਼ਿਲ੍ਹਾ ਜਲੰਧਰ ਦੇ ਵਿੱਚ ਟੂਰਨਾਮੈਂਟ ਹੋ ਰਿਹਾ 24 ਫਰਵਰੀ ਨੂੰ। ਰਣਜੀਤ ਢੰਡੇ ਬਾਈ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ। ਜਿੰਨੇ ਵੀ ਕਬੱਡੀ ਦੇ ਆਸ਼ਕ ਹੋ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਪਹੁੰਚੋ ਅਤੇ ਲਓ ਕਬੱਡੀ ਦੇ ਨਜ਼ਾਰੇ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਦੀਪਕ ਕਾਸ਼ੀਪੁਰੀਆ। ਆਉਣ ਵਾਲੀ 24 ਫਰਵਰੀ ਕੋ ਪਿੰਡ ਟੰਡਾ ਜ਼ਿਲ੍ਹਾ ਜਲੰਧਰ ਮੈਂ ਬਹੁਤ ਅੱਛਾ ਕਬੱਡੀ ਕਾ ਟੂਰਨਾਮੈਂਟ ਹੋਣੇ ਜਾ ਰਹਾ ਹੈ। ਔਰ ਆਪਣੇ ਇੰਗਲੈਂਡ ਕਬੱਡੀ ਫੈਡਰੇਸ਼ਨ ਕੇ ਅਧਿਅਕਸ਼ ਪ੍ਰਧਾਨ ਰਣਜੀਤ ਟੰਡਾ ਜੀ ਨੇ ਇਸ ਟੂਰਨਾਮੈਂਟ ਕੋ ਕਰਾ ਰਹੇ ਹੈ। ਤੋ ਜ਼ਿਆਦਾ ਸੇ ਜ਼ਿਆਦਾ ਸੰਖਿਆ ਮੈਂ ਪਹੁੰਚ ਕਰ ਕਬੱਡੀ ਮੇਲੇ ਕੀ ਸ਼ੋਭਾ ਬਣਾਏ। ਯਹਾਂ ਪਰ ਨੌਰਥ ਇੰਡੀਆ ਫੈਡਰੇਸ਼ਨ ਕੇ 8 ਟੀਮਾਂ ਯਹਾਂ ਭਾਗ ਲੇਂਗੀ। ਤੋ ਜ਼ਿਆਦਾ ਸੇ ਜ਼ਿਆਦਾ ਸੰਖਿਆ ਮੈਂ ਪਹੁੰਚ ਕਰ ਕਬੱਡੀ ਟੂਰਨਾਮੈਂਟ ਕੀ ਸ਼ੋਭਾ ਬਣਾਏ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ, ਮੈਂ ਤੁਹਾਡਾ ਆਪਣਾ ਸੱਤੂ ਖਡੂਰ ਸਾਹਿਬ। ਸਾਰੇ ਦਰਸ਼ਕਾਂ ਨੂੰ ਬੇਨਤੀ ਆ ਕਿ ਮਿਤੀ 24 ਫਰਵਰੀ 2022 ਨੂੰ ਪਿੰਡ ਢੰਡਾ ਨਜ਼ਦੀਕ ਫਲੌਰ ਜ਼ਿਲ੍ਹਾ ਜਲੰਧਰ ਵਿਖੇ ਕਬੱਡੀ ਕੱਪ ਕਰਵਾਇਆ ਜਾ ਰਿਹਾ। ਸੋ ਸਾਰੇ ਦਰਸ਼ਕਾਂ ਨੂੰ ਬੇਨਤੀ ਆ, ਹੁੰਮ ਹੁੰਮਾ ਕੇ ਪਹੁੰਚੋ ਅਤੇ ਟੂਰਨਾਮੈਂਟ ਦੀਆਂ ਰੌਣਕਾਂ ਨੂੰ ਵਧਾਓ। ਆਪਣੇ ਵੱਡੇ ਭਾਅ ਜੀ ਰਣਜੀਤ ਸਿੰਘ ਢੰਡਾ UK ਵੱਲੋਂ ਖੁੱਲ੍ਹੇ ਸੱਦਿਆ। ਸੋ ਸਾਰੇ ਜਣੇ ਪਹੁੰਚੋ ਅਤੇ ਟੂਰਨਾਮੈਂਟ ਦੀਆਂ ਰੌਣਕਾਂ ਨੂੰ ਵਧਾਓ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 24 ਫਰਵਰੀ ਦਿਨ ਵੀਰਵਾਰ ਨੂੰ ਕਬੱਡੀ ਦਾ ਮਹਾਕੁੰਭ ਪਿੰਡ ਢੰਡਿਆ ਵਿਖੇ ਹੋ ਰਿਹਾ। ਸਾਰੇ ਹੀ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ, ਉੱਥੇ ਪਹੁੰਚੋ। ਕਬੱਡੀ ਦੇ ਸਾਰੇ ਸੁਪਰ ਸਟਾਰ ਉੱਥੇ ਪਹੁੰਚ ਰਹੇ ਹਨ ਅਤੇ ਉਸ ਗਰਾਊਂਡ ਦੀਆਂ ਰੌਣਕਾਂ ਨੂੰ ਵਧਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।